बाबा जी जिहड़ा लिख के गए ने भी कोई अपने तगमे वापस कर रहे हैं, कोई अपने मैडल वापस कर रहे हैं, कोई अपने रतन वापस कर रहे हैं। पर जदों अज देखिया भी इत्थे करोड़ां लोग अज सड़कां ते बैठे ने ते बाबा जी ने अपनी कुर्बानी दित्ती, पर इहदी FIR दर्ज 302 दी सब तो पहला इस पीयूष गोयल ते, तोमर ते जिहड़ा एग्रीकल्चर मिनिस्टर नरेंद्र सिंह तोमर ते, ये साडे प्रधानमंत्री जिहड़े ने नरेंद्र मोदी जी, ये तिन्ना ते 302 दी FIR जिहड़ी ਉਹ ਦਰਜ ਹੋਣੀ ਚਾਹੀਦੀ ਆ। ਤਿੰਨਾਂ ਬੰਦਿਆਂ ਤੇ FIR ਦਰਜ ਮੈਂ ਸਮਝਦਾ ਹਰ ਥਾਣੇ 'ਚ ਹੋਣੀ ਚਾਹੀਦੀ ਆ, ਜਿੱਡਾ ਵੱਡਾ ਘਨਾਉਣਾ ਕੰਮ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਬਹੁਤ ਹੀ ਮੈਂ ਸਮਝਦਾ ਦੁੱਖ, ਸ਼ਬਦਾਂ 'ਚ ਤਾਂ ਇਹ ਦੁੱਖ ਵਰਣਨ ਨਹੀਂ ਕੀਤਾ ਜਾ ਸਕਦਾ। ਸਾਡੇ ਬਹੁਤ ਹੀ ਸਤਿਕਾਰਯੋਗ ਮਹਾਨ ਸੰਤ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ, ਜਦੋਂ ਇਹ ਖਬਰ ਆਈ ਤਾਂ ਮੈਂ ਸਮਝਦਾ ਚਨਾਟਾ ਪੈ ਗਿਆ ਮੈਨੂੰ, ਸਾਰਿਆਂ ਨੂੰ ਹੀ। ਜੀਰਾ ਸਾਹਿਬ ਹੁਣੀ ਸਾਰੇ ਬੈਠੇ ਆ, ਬਾਬਾ ਜੀ ਦਾ ਬਹੁਤ ਆਸ਼ੀਰਵਾਦ ਮਿਲਿਆ, ਮਿਲਣ ਦਾ ਮੌਕਾ ਮਿਲਿਆ। ਮੇਰੇ ਖਾਸ ਤੌਰ 'ਤੇ ਕਰਨਾਲ ਤੋਂ ਮੇਰੇ ਮਾਮਾ ਜੀ ਹੁਣੀ, ਭਿੰਡਰ ਸਾਹਿਬ ਹੁਣੀ, ਸਾਰਾ ਪਰਿਵਾਰ ਉਹਨਾਂ ਦਾ, ਮੈਂ ਸਮਝਦਾ ਬਾਬਾ ਜੀ ਦੀ ਛਤਰ ਛਾਇਆ ਥੱਲੇ ਉਹਨਾਂ ਨੇ ਆਪਣਾ ਜੀਵਨ, ਗੁਰਸਿੱਖੀ ਜੀਵਨ ਬਿਤਾਇਆ ਅਤੇ ਬਿਤਾ ਰਹੇ ਨੇ। ਪਰ ਇੱਕ ਮੱਲ ਮੈਂ ਕਹਿਣਾ, ਅੱਜ ਜੋ ਲੋਕਾਂ 'ਚ ਦੁੱਖ ਆ, ਪਰ ਜ਼ਰੂਰੀ ਗੱਲ ਜਿਹੜੀ ਮੈਂ ਬੇਨਤੀ ਕਰਨ ਲੱਗਿਆ, ਇਸ ਗੱਲ 'ਤੇ ਇਹ ਜਿਹਦੇ ਕੀ ਬਾਬਾ ਜੀ ਜਿਹੜਾ ਲਿਖ ਕੇ ਗਏ ਨੇ ਵੀ ਕੋਈ ਆਪਣੇ ਤਗਮੇ ਵਾਪਸ ਕਰ ਰਿਹਾ, ਕੋਈ ਆਪਣੇ ਮੈਡਲ ਵਾਪਸ ਕਰ ਰਿਹਾ, ਕੋਈ ਆਪਣੇ ਰਤਨ ਵਾਪਸ ਕਰ ਰਿਹਾ, ਅਤੇ ਬਾਬਾ ਜੀ ਦੇਖੋ ਉਹ ਰੂਹਾਨੀ ਉਹਨਾਂ ਦੀ ਰੱਬ ਨਾਲ ਲਿਵ ਲੱਗੀ, ਕਿਉਂਕਿ ਨਾਨਕਸਰ ਸਾਹਿਬ ਜਿੱਥੇ ਦਾਸ ਨੂੰ ਇਸ ਪਵਿੱਤਰ ਧਰਤੀ ਤੋਂ ਮੈਂਬਰ ਪਾਰਲੀਮੈਂਟ ਹੋਣ ਦਾ ਮੌਕਾ ਮਿਲਿਆ, ਉਹ ਧਰਤੀ ਜਿੱਥੇ ਬਾਬਾ ਆਨੰਦ ਸਿੰਘ ਜੀ, ਸੰਤ ਬਾਬਾ ਈਸ਼ਰ ਸਿੰਘ ਜੀ ਨੇ ਆਪਣੀ ਭਗਤੀ ਕੀਤੀ, ਅਤੇ ਉਹ ਭਗਤੀ ਅੱਜ ਸਾਰੀ ਦੁਨੀਆ 'ਚ, ਉਹ ਆਪਣੇ ਆਪਣੇ ਫੁੱਲ ਆ ਜਿਹੜੇ, ਇਹ ਵੀ ਇੱਕ ਉੱਥੇ ਦੇ ਫੁੱਲ ਸੀ, ਉਸ ਫੁਲਵਾੜੀ ਦੇ, ਨਾਨਕ ਸਰਦੀ ਦੇ ਫੁਲਵਾੜੀ ਦੇ ਇੱਕ ਫੁੱਲ ਸੀ ਸੰਤ ਬਾਬਾ ਰਾਮ ਸਿੰਘ ਜੀ, ਅੱਜ ਉਹ ਸਾਡੇ 'ਚ ਨਹੀਂ। ਪਰ ਇਹ ਕਾਰਨ ਕਿਉਂ ਬਣਿਆ, ਇਹ ਖੇਡ ਕੀ ਬਣੀ, ਇਹ ਕੌਤਕ ਕੀ ਬਣਿਆ, ਇਹਦੇ ਪਿੱਛੇ ਉਹ ਸੰਤਾਂ ਦੀ ਕਮਾਈ, ਪਰ ਉਹ ਲਿਖ ਕੇ ਗਿਆ ਵੀ ਮੇਰੇ ਵੱਲੋਂ ਇਹ ਆਪਣੀ ਸ਼ਹੀਦੀ ਸ਼ਹਾਦਤ ਕੁਰਬਾਨੀ ਉੱਥੇ ਸਟੇਜ ਤੇ ਮੰਚ ਤੇ ਪਾਠ ਕਰਕੇ ਬਹਿ ਕੇ, ਤੇ ਵੀ ਕਿਸਾਨਾਂ ਦੀ ਕੋਈ ਸੁਣ ਨਹੀਂ ਰਿਹਾ, ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਮੈਨੂੰ ਆਪਣੇ ਬਜ਼ੁਰਗ ਮਾਤਾ ਪਿਤਾ ਬੱਚੇ ਦੇਖ ਕੇ ਮੇਰੇ ਤੋਂ ਮੈਂ ਸਹਿਣ ਨਹੀਂ ਕਰ ਪਾ ਰਿਹਾ। ਤੇ ਸੰਤ ਮਹਾਂਪੁਰਖ ਤਾਂ ਵੈਸੇ ਹੀ ਬੜੇ ਕੋਮਲ ਹਿਰਦੇ ਦੇ ਹੁੰਦੇ ਆ, ਦੁੱਖ ਲੋਕਾਂ ਦਾ ਉਹ ਆਪ ਆਪਣੇ 'ਚ ਸਮਾ ਲੈਂਦੇ ਆ, ਦੂਰ ਕਰ ਲੈਂਦੇ ਆ। ਪਰ ਜਦੋਂ ਅੱਜ ਦੇਖਿਆ ਵੀ ਇੱਥੇ ਕਰੋੜਾਂ ਲੋਕ ਅੱਜ ਸੜਕਾਂ 'ਤੇ ਬੈਠੇ ਨੇ ਅਤੇ ਬਾਬਾ ਜੀ ਨੇ ਆਪਣੀ ਕੁਰਬਾਨੀ ਦਿੱਤੀ, ਪਰ ਇਹਦੀ FIR ਦਰਜ 302 ਦੀ ਸਭ ਤੋਂ ਪਹਿਲਾਂ ਇਸ ਪੀਯੂਸ਼ ਗੋਇਲ 'ਤੇ, ਜਦੋਂ ਲਿਖ ਕੇ ਗਏ ਨੇ ਵੀ ਇਹਨਾਂ ਕਰਕੇ ਮੈਂ ਆਪਣੀ ਜਾਨ ਆ ਜਿਹੜੀ ਨਿਸ਼ਾਵਰ ਕਰ ਰਿਹਾ, ਇਹ ਤੇ ਤੋਮਰ ਤੇ ਜਿਹੜਾ ਐਗਰੀਕਲਚਰ ਮਿਨਿਸਟਰ ਨਰਿੰਦਰ ਸਿੰਘ ਤੋਮਰ ਤੇ, ਇਹ ਸਾਡੇ ਪ੍ਰਧਾਨ ਮੰਤਰੀ ਜਿਹੜੇ ਨੇ ਨਰਿੰਦਰ ਮੋਦੀ ਜੀ, ਇਹ ਤਿੰਨਾਂ ਤੇ 302 ਦੀ FIR ਜਿਹੜੀ ਉਹ ਦਰਜ ਹੋਣੀ ਚਾਹੀਦੀ ਆ। ਇਹ ਬਾਬਾ ਜੀ ਦਾ ਜੋ ਵੀ ਖੇਡ ਆ, ਜੋ ਵੀ ਕੌਤਕ ਆ, ਪਰ ਇਹਦਾ ਪਿੱਛੇ ਜਿਹੜੇ ਇਹ ਤਿੰਨੋਂ ਮੰਤਰੀ ਪੀਯੂਸ਼ ਗੋਇਲ ਰੋਜ਼ ਕਿਉਂਕਿ ਕਹਿੰਦੇ ਸੀ ਇਹ ਅੱਤਵਾਦੀ ਨੇ, ਇਹ ਨੈਕਸਲਾਈਟ ਨੇ, ਇਹ ਮਾਓਵਾਦੀ ਨੇ, ਇਹ ਪਾਕਿਸਤਾਨੀ ਨੇ, ਇਹ ਚਾਈਨਾ ਤੋਂ ਆਏ ਸਪੋਰਟ ਆ, ਅਤੇ ਬਾਬਾ ਜੀ ਨੇ ਆਪਣੀ ਜਾਨ ਕੁਰਬਾਨ ਕੀਤੀ। ਇਹਦੇ ਪਿੱਛੇ ਤਿੰਨਾਂ ਬੰਦਿਆਂ 'ਤੇ FIR ਦਰਜ ਮੈਂ ਸਮਝਦਾ ਹਰ ਥਾਣੇ 'ਚ ਹੋਣੀ ਚਾਹੀਦੀ ਆ, ਜਿੱਡਾ ਵੱਡਾ ਘਨਾਉਣਾ ਕੰਮ ਇਹ ਹੋਇਆ। ਅਤੇ ਬਾਬਾ ਜੀ ਜਿੱਥੇ ਵੀ ਹਨ ਰਹਿਣਗੇ, ਸਾਡੇ ਇਸੇ ਤਰੀਕੇ ਨਾਲ ਸਾਡੇ ਕਿਸਾਨਾਂ 'ਤੇ, ਪੰਜਾਬ 'ਤੇ, ਹਰਿਆਣੇ 'ਤੇ, ਸਾਰਿਆਂ 'ਤੇ ਆਪਣੀ ਕਿਰਪਾ ਰੱਖਿਓ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਮੱਸਿਆ ਕੋਈ ਵੀ ਹੋਵੇ, ਜੜ੍ਹ ਤੋਂ ਖਤਮ,
मेरे कीते नूं कोई कट नहीं सकदा, कट्टण वाले नूं मूंह मंगिया इनाम। जिवें मन च आया प्यार, पति पत्नी च अणबण, काले जादू दा खात्मा, वशीकरण, लाटरी नंबर पाओ, प्यार विच धोखा खादे होए प्रेमी प्रेमिका, सौतन दुश्मन नूं वस विच करवाउण लई संपर्क करो। पंडित ए के शास्त्री, तुसी संपर्क कर सकते हो 9905-90-490।